ਸਤਿ ਸ਼੍ਰੀ ਅਕਾਲ ਸ਼ਾਰਟ ਐਂਡ ਸ਼ਾਰਪ 52 ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਬਲਵਿੰਦਰ ਸਿੰਘ ਇਸ ਬੁਲੇਟਿਨ ਤੋਂ ਦਿਖਾਵਾਂਗੇ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਦੇ ਨਾਲ ਨਾਲ ਦੇਸ਼ ਦੁਨੀਆ ਦੀਆਂ 52 ਵੱਡੀਆਂ ਖਬਰਾਂ ਕੱਲ੍ਹ ਦੁਪਹਿਰ 1 ਵਜੇ ਹੋਏਗੀ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਬੈਠਕ ਹੋਏਗੀ ਸਵੇਰੇ 11 ਵਜੇ ਐਸਵੈਲ ਦੇ ਮੁੱਦੇ ਤੇ ਕਾਂਗਰਸ 17 ਤਰੀਕ ਨੂੰ ਕਰੇਗੀ ਰਾਸ਼ਟਰਪਤੀ ਨਾਲ ਮੁਲਾਕਾਤ ਮੁੱਖ ਮੰਤਰੀ ਬਾਦਲ ਵੱਲੋਂ ਕਾਂਗਰਸ ਨੂੰ ਵਿਧਾਨ ਸਭਾ ਇਜਲਾਸ 'ਚ ਆਉਣ ਦੀ ਅਪੀਲ ਤੇ ਕੈਪਟਨ ਨੇ ਪੁੱਛਿਆ ਇਜਲਾਸ ਦਾ ਏਜੰਡਾ ਕਿਹਾ ਰਾਜਪਾਲ ਅਤੇ ਕੇਂਦਰ ਸਰਕਾਰ ਦੇਣ ਭਰੋਸਾ ਕਿ ਵਿਧਾਨ ਸਭਾ ਵੱਲੋਂ ਪਾਸ ਕਿਸੇ ਵੀ ਕਾਨੂੰਨ ਨੂੰ ਮਿਲੇਗੀ ਮਾਨਤਾ ਔਰ ਉਹਦੇ ਬਾਰੇ ਅਸੀਂ ਰਾਸ਼ਟਰਪਤੀ ਨੂੰ ਵੀ ਰਿਕੁਐਸਟ ਕਰਾਂਗੇ ਔਰ PIL ਵੀ ਪਾਵਾਂਗੇ ਆਪਣੀ ਪਾਰਟੀ ਵੱਲੋਂ ਵੀ ਪੰਜਾਬ ਦੇ ਹਾਲਾਤ ਜਿਹੜੇ ਆ ਉਹਨਾਂ ਨੂੰ ਮੁੱਖ ਰੱਖ ਕੇ ਪੰਜਾਬ ਦੀ ਕੰਟਰੀਬਿਊਸ਼ਨ ਦੇ ਇਸ ਵਾਸਤੇ ਕੀ ਆ ਟ੍ਰਿਬਿਊਨਲ ਕੋਈ ਸੈਟਅਪ ਕਰਨ ਜਿਹਦੇ ਵਿੱਚ ਪਹਿਲੇ ਸਾਰੇ ਜਿਹੜੇ ਪਾਣੀਆਂ ਦੇ ਫੈਸਲੇ ਆ ਉਹ ਰੱਦ ਕਰਕੇ ਅਤੇ ਨਵਾਂ ਟ੍ਰਿਬਿਊਨਲ ਬਣਾ ਕੇ ਕਾਨੂੰਨ ਦੇ ਮੁਤਾਬਕ ਜਿਹਦਾ ਕੋਈ ਜਿਹੜਾ ਹੱਕ ਬਣਦਾ ਉਹਨੂੰ ਦਿੱਤਾ ਜਾਏ ਜਿੱਥੋਂ ਤੱਕ SYL ਦਾ ਮਸਲਾ ਵਾ ਉੱਥੇ ਕੈਪਟਨ ਸਾਹਿਬ ਵੀ ਇਸ ਹਮਾਮ 'ਚ ਨੰਗੇ ਆ ਉਦੋਂ ਸਾਡਾ ਜਿਹੜਾ ਕੇਜਰੀਵਾਲ ਸੀਗਾ ਜਿਹਨੇ ਪੰਜਾਬ ਦੇ ਵਿੱਚੋਂ ਘੱਟ ਤੋਂ ਘੱਟ ਵੀ 200-300 ਕਰੋੜ ਰੁਪਈਆ ਇਕੱਠਾ ਕਰਕੇ ਲੈ ਗਿਆ ਬਾਹਰੋਂ ਪੰਜਾਬੀਆਂ ਕੋਲੋਂ ਪਤਾ ਨਹੀਂ ਇਹ ਤੋਂ ਵੱਧ ਪੈਸਾ ਇਕੱਠਾ ਕੀਤਾ ਹੋਊਗਾ ਪਰ ਜਦੋਂ ਪੰਜਾਬ 'ਤੇ ਬਿਪਤਾ ਦਾ ਟਾਈਮ ਆਇਆ ਇੱਕ ਅੱਖਰ ਨਹੀਂ ਪੰਜਾਬ ਵਾਸਤੇ ਬੋਲਿਆ SYL 'ਤੇ ਬਿਲਕੁਲ ਮਮ ਆ ਸੁਪਰੀਮ ਕੋਰਟ ਵੱਲੋਂ SYL ਅਤੇ ਹਰਿਆਣਾ ਦੇ ਹੱਕ ਵਿੱਚ ਦਿੱਤੇ ਫੈਸਲੇ ਦਾ ਪੰਜਾਬ 'ਚ ਵਿਰੋਧ ਹੋਣ 'ਤੇ ਬੋਲੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਕੰਵਰਪਾਲ ਗੁਰਜਰ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਰੋਧ ਕਰਨ ਦਾ ਕਿਸੇ ਨੂੰ ਵੀ ਨਹੀਂ ਹੱਕ ਨੋਟਬੰਦੀ ਮਾਮਲੇ 'ਤੇ ਵਿਰੋਧੀ ਨੇਤਾਵਾਂ ਦੇ ਵਿਰੋਧ 'ਤੇ ਵੀ ਕਸਿਆ ਤੰਜ SYL ਦੇ ਮੁੱਦੇ 'ਤੇ NLO ਨੇ ਕਾਂਗਰਸ ਅਤੇ BJP ਦੇ ਖਿਲਾਫ਼ ਨਿੰਦਾ ਪ੍ਰਸਤਾਵ ਲਿਆਉਣ ਦਾ ਲਿਆ ਫੈਸਲਾ ਰਾਸ਼ਟਰਪਤੀ ਨੂੰ ਮਿਲਣਗੇ NLO ਨੇਤਾ ਸਰਕਾਰ ਨੂੰ ਚੇਤਾਵਨੀ 23 ਫਰਵਰੀ ਤੱਕ ਸ਼ੁਰੂ ਨਹੀਂ ਹੋਇਆ ਨਹਿਰ ਦਾ ਕੰਮ ਤਾਂ ਲੋਕਾਂ ਨੂੰ ਨਾਲ ਲੈ ਕੇ NLO ਖੁਦ ਕਰਾਏਗੀ ਕੰਮ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ 'ਚ ਮਾਹਿਰਾਂ ਦਾ ਮੰਨਣਾ ਹੈ ਕਿ ਫੈਸਲਾ ਦੇਸ਼ ਦੇ ਵਿਧਾਨ ਅਤੇ ਸੰਵਿਧਾਨ ਦੇ ਤਹਿਤ ਨਹੀਂ ਹੋਇਆ ਪਾਣੀਆਂ ਦੇ ਮਾਮਲਿਆਂ ਦੇ ਮਾਹਿਰ ਪ੍ਰੀਤਮ ਸਿੰਘ ਕੁੰਮੇਦਾਨ ਮੁਤਾਬਕ ਪੰਜਾਬ ਦੇ ਪਾਣੀ 'ਤੇ ਹਰਿਆਣਾ ਦਾ ਹੱਕ ਨਹੀਂ ਹੈ ਅਤੇ ਜੋ ਫੈਸਲਾ ਸੰਵਿਧਾਨ ਮੁਤਾਬਕ ਹੋਏਗਾ ਉਹੀ ਉਹਨਾਂ ਨੂੰ ਮਨਜ਼ੂਰ ਹੋਏਗਾ ਪੰਜਾਬ ਦਾ ਆਪਣੇ ਪਾਣੀਆਂ 'ਤੇ 100% ਹੱਕ ਆ ਹਰਿਆਣੇ ਦਾ ਕੋਈ ਤਲਕ ਨਹੀਂ ਸਾਡਾ ਯਮੁਨਾ ਨਾਲ ਕੋਈ ਤਲਕ ਨਹੀਂ ਉਹਨਾਂ ਦਾ ਰਾਵੀ ਵਿਆਹ ਸਤਲੁਜ ਨਾਲ ਕੋਈ ਤਲਕ ਨਹੀਂ ਇਹ ਤਾਂ ਮੱਲੋ ਮੱਲੀ ਆਪਣਾ ਕਾਨੂੰਨ ਬਣਾਈ ਫਿਰਦੇ ਆ ਮੱਲੋ ਮੱਲੀ ਸਾਡੇ ਫੈਸਲਾ ਠੋਕਣ ਡਏ ਆ ਸੈਂਟਰ ਵਾਲੇ ਪੰਜਾਬ ਅਸੀਂ ਉਹ ਫੈਸਲਾ ਮੰਨਾਂਗੇ ਜਿਹੜਾ ਵਿਧਾਨ ਦੇ ਮੁਤਾਬਕ ਹੋਏਗਾ ਕਾਨਸਟੀਟਿਊਸ਼ਨ ਪ੍ਰੋਵੀਜ਼ਨ ਦੇ ਮੁਤਾਬਕ ਹੋਏਗਾ ਐਕਟਾਂ ਦੇ ਮੁਤਾਬਕ ਹੋਏਗਾ ਉਸ ਤੋਂ ਇਲਾਵਾ ਜਿਹੜਾ ਵੀ ਫੈਸਲਾ ਹੋਏਗਾ ਉਹ ਨਾਮਨਜ਼ੂਰ ਹੋਏਗਾ ਪੰਦਰਾਂ-16 ਨਵੰਬਰ ਨੂੰ ਅਕਾਲੀ ਦਲ ਵੱਲੋਂ ਉਮੀਦਵਾਰਾਂ ਦੇ ਨਾਮ ਦੀ ਪਹਿਲੀ ਲਿਸਟ ਜਾਰੀ ਕੀਤੇ ਜਾਣ 'ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਐਲਾਨ ਦੇ ਨਾਲ ਹੀ ਟਿਕਟਾਂ 'ਤੇ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਇਸ ਨੂੰ ਸਿਰਫ਼ ਇੱਕ ਰਸਮੀ ਐਲਾਨ ਦੇ ਤੌਰ 'ਤੇ ਦੇਖ ਰਹੇ ਨੇ ਉਹਨਾਂ ਮੁਤਾਬਕ ਸਾਰੇ ਸੰਭਾਵੀ ਉਮੀਦਵਾਰਾਂ ਨੂੰ ਪਹਿਲਾਂ ਹੀ ਆਪਣੇ ਹਲਕੇ ਬਾਰੇ ਪਤਾ ਹੈ ਅਤੇ ਉਹ ਇੱਥੇ ਲੰਮੇ ਚਿਰ ਤੋਂ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਕੁਛ ਚੰਦ ਹਲਕੇ ਨੇ ਜਿਨ੍ਹਾਂ ਦੇ ਉੱਤੇ ਫੈਸਲੇ ਲੈਣ ਦੀ ਲੋੜ ਹੈ ਜਾਂ ਉਹਨਾਂ ਦੇ ਐਲਾਨ ਕਰਨ ਦੀ ਲੋੜ ਹੈ ਜ਼ਿਆਦਾਤਰ ਤਾਂ ਪਤਾ ਹੀ ਹੈ ਸਿਰਫ ਇੱਕ ਜਿਹੜੀ ਕਾਰਵਾਈ ਪੂਰੀ ਕਰਨੀ ਹੈ ਲੋਕਾਂ ਦੀ ਪਸੰਦ ਦੇ ਜਿਹੜੇ ਲੋਕਾਂ ਦੇ ਕੰਮ ਕਰਨ ਵਾਲੇ ਨੇ ਲੋਕਾਂ ਵਿੱਚ ਵਿਚਰਨ ਵਾਲੇ ਨੇ ਜਿਹੜੇ ਸੋਝੀ ਰੱਖਦੇ ਨੇ ਪੰਜਾਬ ਦੇ ਹਾਲਾਤਾਂ ਦੀ ਪੰਜਾਬ ਦੀ ਪੋਲੀਟਿਕਸ ਦੀ ਅਤੇ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਨੇ ਉਹਨਾਂ ਲੋਕਾਂ ਨੂੰ ਹੀ ਪਾਰਟੀ ਵੱਲੋਂ ਅੱਗੇ ਲਿਆਂਦਾ ਜਾ ਰਿਹਾ ਜਿਹਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੂੰ ਵੀ ਅਤੇ ਵੱਖ ਵੱਖ ਵਰਗਾਂ ਨੂੰ ਵੀ ਜਿਹੜਾ ਉਹਦੇ ਵਿੱਚ ਨੁਮਾਇੰਦਗੀ ਜਿਹੜੀ ਪਾਰਟੀ ਵੱਲੋਂ ਦਿੱਤੀ ਜਾ ਰਹੀ ਹੈ ਉਧਰ ਉਮੀਦਵਾਰਾਂ ਦੇ ਨਾਮ ਦੇ ਐਲਾਨ ਦੇ ਮੁੱਦੇ 'ਤੇ ਵਿਰੋਧੀ ਦਲ ਅਕਾਲੀ ਦਲ ਉੱਪਰ ਨਿਸ਼ਾਨੇ ਲਾ ਰਹੇ ਨੇ ਕਿ ਉਹ ਸਾਰੇ ਹਾਰਨ ਵਾਲੇ ਉਮੀਦਵਾਰਾਂ ਦੀ ਲਿਸਟ ਜਾਰੀ ਕਰਨੀ ਹੈ ਜਦੋਂ ਮਰਜ਼ੀ ਕਰ ਦੇਵੇ ਉਹ ਕਿਉਂਕਿ ਹੁਣ ਤਾਂ ਨਾ ਬਾਦਲ ਸਾਹਿਬ ਜਿੱਤ ਸਕਦੇ ਹੈ ਨਾ ਉਹਨਾਂ ਦੇ ਮੰਤਰੀ ਜਿੱਤ ਸਕਦੇ ਆ ਨਾ BJP ਵਾਲੇ ਜਿੱਤ ਸਕਦੇ ਇਸ ਲਈ ਉਹਨਾਂ ਦੀ ਲਿਸਟ ਹੀ ਬੇਮੈਨੀ ਜਿਹੀ ਹੈ ਜਦੋਂ ਮਰਜ਼ੀ ਕਰਦੇ ਰਹਿਣ ਕੋਈ ਫਰਕ ਨਹੀਂ ਪੈਣ ਲੱਗਾ ਕਿ ਉਹ ਸਾਰੇ ਹਾਰਨ ਵਾਲੇ ਉਮੀਦਵਾਰਾਂ ਦੀ ਲਿਸਟ ਜਾਰੀ ਮੈਂ ਸਮਝਦਾ ਜਦੋਂ ਮਰਜ਼ੀ ਕਰਦੇ ਜਿੱਦਣ ਇਲੈਕਸ਼ਨ ਡਿਕਲੇਅਰ ਹੋ ਗਈ ਇਹਨਾਂ ਦਾ ਤਾਂ ਕੰਧ 'ਤੇ ਲਿਖਿਆ ਪੜ੍ਹ ਲਿਓ ਨਾ ਤੁਸੀਂ ਕਿਉਂਕਿ ਅਕਾਲੀ ਦਲ ਬੇਸ ਕਰਦਾ ਸੀ ਦੋ ਚੀਜ਼ਾਂ 'ਤੇ ਇੱਕ ਕਿਸਾਨੀ 'ਤੇ ਅਤੇ ਇੱਕ ਪੰਥ 'ਤੇ
ਜਲੰਧਰ 'ਚ ਸੂਬਾ ਪ੍ਰਧਾਨ ਵਿਜੇ ਸਾਂਪਲਾ ਦੀ ਅਗਵਾਈ 'ਚ ਹੋਈ ਪੰਜਾਬ ਬੀਜੇਪੀ ਕੋਰ ਗਰੁੱਪ ਦੀ ਬੈਠਕ। ਪੰਜਾਬ ਇੰਚਾਰਜ ਨਰਿੰਦਰ ਤੋਮਰ ਵੀ ਰਹੇ ਮੌਜੂਦ। 20 ਨਵੰਬਰ ਨੂੰ ਅਮਿਤ ਸ਼ਾਹ ਦੀ ਜਲੰਧਰ ਫੇਰੀ ਅਤੇ ਚੋਣਾਂ ਮੁਤਲਕ ਹੋਈ ਚਰਚਾ। ਇਸ ਬੂਥ ਸਤਰੀ ਕਾਰਜਕਰਤਾ ਸੰਮੇਲਨ ਮੈਂ ਹਮਾਰੇ ਰਾਸ਼ਟਰੀ ਅਧਿਅਕਸ਼ ਮਾਨਯ ਅਮਿਤ ਸ਼ਾਹ ਜੀ ਮਾਰਗਦਰਸ਼ਨ ਕੇ ਲਈ ਉਪਸਥਿਤ ਹੋਗੇ। 20 ਤਾਰੀਖ ਕਾ ਜੋ ਕਾਰਜਕ੍ਰਮ ਹੈ ਇਸਕੋ ਕੈਸੇ ਸਫਲ ਬਣਾਏ ਉਸਕੇ ਲਈ ਸਭੀ ਕੇ ਸੁਝਾਵ ਵੀ ਹੈ, ਉਸਕੇ ਲਈ ਅਭੀ ਤੱਕ ਕਿਆ ਕਿਆ ਤਿਆਰੀ ਹੈ ਔਰ ਆਗੇ ਹਮੇ ਕਿਆ ਕਿਆ ਕਰਨਾ ਚਾਹੀਏ ਇਸਕੇ ਲਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਕਾਲੇ ਧਨ ਵਾਲਿਆਂ ਤੇ ਸਾਧਿਆ ਨਿਸ਼ਾਨਾ, ਕਿਹਾ ਲੋਕਾਂ ਨੂੰ ਹੋ ਰਹੀ ਤਕਲੀਫ ਦੀ ਫਿਕਰ ਪਰ ਵੱਡਾ ਕਰੜਾ ਫੈਸਲਾ ਲੈਣਾ ਸੀ ਬੇਹੱਦ ਜ਼ਰੂਰੀ। ਪੀਐਮ ਨੇ ਕਿਹਾ ਕਿ ਮੈਂ ਕੜਕ ਚਾਹ ਬਣਾ ਦਿੱਤੀ ਜੋ ਗਰੀਬਾਂ ਨੂੰ ਪਸੰਦ ਹੈ ਤੇ ਅਮੀਰਾਂ ਨੂੰ ਨਾ ਪਸੰਦ ਹੈ। ਉਨ੍ਹਾਂ ਕਿਹਾ ਕਿ ਸਿਆਸੀ ਨੇਤਾ ਜਨਤਾ ਨੂੰ ਭੜਕਾ ਵੀ ਸਕਦੇ ਨੇ। ਮੇਰੇ ਭਾਈਓ ਬਹਿਣੋ, ਮੇਰਾ ਨਿਰਣੇ ਜਰਾ ਕੜਕ ਹੈ ਔਰ ਮੈਂ ਜਬ ਛੋਟਾ ਥਾ ਨਾ ਤੋ ਜੋ ਗਰੀਬ ਲੋਕ ਹੋਤੇ ਥੇ ਵੋ ਮੁਝੇ ਖਾਸ ਕਹਤੇ ਥੇ ਕਿ ਮੋਦੀ ਜੀ ਚਾਹੇ ਜਰਾ ਕੜਕ ਬਣਾਨਾ। ਗਰੀਬ ਕੋ ਜਰਾ ਕੜਕ ਚਾਹੇ ਜ਼ਿਆਦਾ ਅੱਛੀ ਲਗਤੀ। ਅਬ ਮੁਝੇ ਵੋ ਬਚਪਨ ਸੇ ਆਦਤ ਹੈ ਤੋ ਜਰਾ ਮੇਰੇ ਮੈਨੇ ਕੜਕ ਲਿਆ। ਅਬ ਗਰੀਬ ਕੋ ਤੋ ਕੜਕ ਚਾਹੇ ਭਾਤੀ ਹੈ ਲੇਕਿਨ ਅਮੀਰ ਕਾ ਮੂੰਹ ਬਿਗੜ ਜਾਤਾ ਹੈ। ਪੰਜ ਸੌ ਤੇ ਹਜ਼ਾਰ ਦੇ ਨੋਟ ਸੁੱਟਣ ਵਾਲਿਆਂ ਨੂੰ ਪੀ ਐੱਮ ਦੀ ਚੇਤਾਵਨੀ, ਪਛਾਣ ਦਾ ਖੁਲਾਸਾ ਹੋਣ ਤੇ ਦੇਣਾ ਹੋਏਗਾ ਪੂਰਾ ਹਿਸਾਬ। ਦੇਸ਼ 'ਚ ਕਰੰਸੀ ਬੰਦ ਹੋਣ ਕਰਕੇ ਹੋ ਰਹੀ ਪਰੇਸ਼ਾਨੀ ਤੇ ਹਰਿਆਣਾ ਦੇ ਸੀ ਐੱਮ ਮਨੋਹਰ ਲਾਲ ਦੀ ਲੋਕਾਂ ਨੂੰ ਅਪੀਲ, ਧੀਰਜ ਬਣਾਏ ਰੱਖੋ, ਕੁਝ ਹੀ ਦਿਨ ਰਹਿ ਗਈ ਹੈ ਪਰੇਸ਼ਾਨੀ। ਪੀ ਐੱਮ ਦੇ ਫੈਸਲੇ ਦੀ ਕੀਤੀ ਤਾਰੀਫ। ਨੋਟਬੰਦੀ ਤੋਂ ਬਾਅਦ ਲੋਕਾਂ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਨੇ ਐਲਾਨ ਕੀਤਾ ਕਿ ਦੇਸ਼ ਭਰ ਦੀਆਂ ਸੜਕਾਂ 18 ਨਵੰਬਰ ਤੱਕ ਟੋਲ ਫਰੀ ਰਹਿਣਗੀਆਂ। ਨਾਲ ਹੀ ਸਾਰੀਆਂ ਐਮਰਜੈਂਸੀ ਸੇਵਾਵਾਂ 'ਚ ਪੁਰਾਣੇ ਨੋਟ ਇਸਤੇਮਾਲ ਕੀਤੇ ਜਾਣ ਦੀ ਮਿਆਦ ਵੀ 24 ਨਵੰਬਰ ਤੱਕ ਵਧਾ ਦਿੱਤੀ ਗਈ ਹੈ। ਉਧਰ ਆਰਥਿਕ ਮਾਮਲਿਆਂ ਦੇ ਸਕੱਤਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਦੇਸ਼ ਵਿੱਚ ਏ ਟੀ ਐੱਮ ਨੂੰ ਨਵੇਂ ਨੋਟਾਂ ਦੇ ਲਈ ਅਪਗ੍ਰੇਡ ਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਅਤੇ ਅੱਜ ਜਾਂ ਕੱਲ੍ਹ ਤੋਂ ਕਈ ਏ ਟੀ ਐੱਮ 'ਤੇ ਜ਼ਿਆਦਾ ਗਿਣਤੀ 'ਚ 2000 ਦੇ ਨੋਟ ਮਿਲਣੇ ਸ਼ੁਰੂ ਹੋ ਜਾਣਗੇ। ਬੈਂਕੋ ਕੋ कि जिन रूरल पॉकेट्स में अभी तक कैश सप्लाई सफिशिएंटली नहीं पहुंचा है उस टाइप के जो रूरल पॉकेट्स है उसको आइडेंटिफाई करके वहां पे तुरंत बैंकिंग कॉरेस्पॉन्डेंट के द्वारा या मोबाइल बैंकिंग फैसिलिटीज के द्वारा वहां पे जल्द से जल्द कैश पहुंचा दिया जाए। जितना हद तक पॉसिबल है बैंकों को ये एक मैसेज दिया गया है कि हॉस्पिटल्स के पास वो मोबाइल बैंकिंग के फैसिलिटी थोड़ा मतलब जितना हो सकता है वो पेशेंट्स के कन्वीनियंस के लिए वो मोबाइल बैंकिंग फैसिलिटी अवेलेबल करें। ਸੀਨੀਅਰ ਨਾਗਰਿਕਾਂ, ਦਿਵਿਆਂਗਾਂ ਦੇ ਲਈ ਵੱਖ ਤੋਂ ਲਾਈਨ ਲਾਉਣ ਦਾ ਆਦੇਸ਼। ਬੈਂਕਾਂ ਦੇ ਕਸਟਮਰ ਅਤੇ ਐਕਸਚੇਂਜ ਕਰਾਉਣ ਵਾਲਿਆਂ ਦੀ ਵੀ ਹੋਏਗੀ ਵੱਖਰੀ ਲਾਈਨ। ਆਮ ਲੋਕ ਪਰੇਸ਼ਾਨ ਨੇ ਪਰ ਚੰਡੀਗੜ੍ਹ ਦੇ ਸੈਕਟਰ 22 ਦੀ ਸ਼ਾਸਤਰੀ ਮਾਰਕੀਟ 'ਚ ਦੁਕਾਨਦਾਰਾਂ ਅਤੇ ਖਰੀਦਦਾਰਾਂ ਮੁਤਾਬਕ ਥੋੜ੍ਹਾ ਅਸਰ ਜ਼ਰੂਰ ਪਿਆ ਪਰ ਕੋਈ ਜ਼ਿਆਦਾ ਸਮੱਸਿਆ ਨਹੀਂ ਹੈ। ਹਾਈਕੋਰਟ ਦੇ ਸਖ਼ਤ ਹੁਕਮ ਦੇ ਬਾਅਦ ਕੁੱਲੂ ਦੇ ਵਿੱਚ ਵਣ ਭੂਮੀ ਦੇ ਨਜਾਇਜ਼ ਕਬਜ਼ੇ ਹਟਾਉਣ ਦੀ ਕਵਾਇਦ ਤੇਜ਼। CPIM ਨੇ ਕਬਜ਼ਾਧਾਰੀਆਂ ਦਾ ਕੀਤਾ ਸਮਰਥਨ, ਸਰਕਾਰ ਨੂੰ ਦਿੱਤੀ ਚੇਤਾਵਨੀ। ਜੰਮੂ ਕਸ਼ਮੀਰ 'ਚ LOC 'ਤੇ ਜਵਾਬੀ ਫਾਇਰਿੰਗ, 7 ਪਾਕਿਸਤਾਨੀ ਢੇਰ, ਪਾਕਿਸਤਾਨ ਦੀ ਏਜੰਸੀ ISPR ਦਾ ਦਾਅਵਾ। ਕੁਪਵਾੜਾ ਦੇ ਸ਼ਹੀਦ ਹਰਸ਼ਿਤ ਭਦੌਰੀਆ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਉਮੜਿਆ ਬਾਂਸਵਾੜਾ। ਸ਼ੁੱਕਰਵਾਰ ਨੂੰ ਪਾਕਿਸਤਾਨੀ ਗੋਲੀਬਾਰੀ 'ਚ ਸ਼ਹੀਦ ਹੋਏ ਸਨ ਹਰਸ਼ਿਤ। ਜੰਮੂ ਕਸ਼ਮੀਰ ਨੇ ਅੱਜ ਤੋਂ ਕਰੜੇ ਸੁਰੱਖਿਆ ਦੇ ਇੰਤਜ਼ਾਮ ਦੇ ਵਿਚਾਲੇ ਬੋਰਡ ਐਗਜ਼ਾਮ ਸ਼ੁਰੂ। ਸ਼੍ਰੀਨਗਰ 'ਚ ਵੀ ਭਾਰੀ ਗਿਣਤੀ ਵਿੱਚ ਐਗਜ਼ਾਮ ਦੇਣ ਪਹੁੰਚੇ ਵਿਦਿਆਰਥੀ।
अज देश दुनिया च पूरी श्रद्धा ते उत्साह नाल मनाया जा रहा श्री गुरु नानक देव जी का प्रकाश पुरब। गुरु घर च वड्डी गिणती च पहुंच रही है संगत। पीएम ने ट्वीट करके दित्ती बधाई। पहली पातशाही श्री गुरु नानक देव जी के प्रकाश पुरब मौके SGPC वालों संगत को बधाई दी जा रही है। नाली गुरु घर संगत की सहूलत लिए वधिया इंतजाम किए गए। संसार विच वसदे सिख जगत के समुचे पेरेंट्स नूं हाथ जोड़ के अपील करूंगा कि आओ सारे रल मिल बैठ के इस गुरु नानक देव सच्चे पातशाही के बख्शे हुए सिद्धांत नाम जपो, किरत करो, वंड के छको, सरबत दा भला सरबत दे भले लई अरदास करनी। अज इहदे संबंध च 9 तों 12 तक जलौस जाए गए संगत दे दर्शन लई। लंगरां दा बहुत वधिया, पहलां वी वधिया सी, अज ज्यादा संगत करके लंगर का वधिया प्रबंध आ। गुरबाणी का प्रवाह सवेर तो शाम तक लगातार चलता। संगत की बेहतरी वास्ते जोड़े घर च हर थान जे सेवादार ज्यादा ड्यूटियां लाई गई। गुरपुरब मौके पंचकूला के नाडा साहब गुरद्वारे से भी रौनक देखने को मिल रही ने। सवेर तो ही संगत अपने परिवार के नाल गुरद्वारा साहब च नतमस्तक हो रही है। उधर दिल्ली के इतिहासक गुरद्वारा रकाबगंज साहब च भी संगत का उत्साह वेखण मिल रहा। रकाबगंज साहब च भी संगत गुरु घर च नतमस्तक हो रही है। शिमला च भी संगत ने पहली पातशाही गुरु नानक देव जी का प्रकाश दिहाड़ा श्रद्धा भावना मनाया। इसे संगत ने इलाही बाणी के कीर्तन का आनंद माणिया। हमीरपुर के गुरद्वारा साहब च भी नतमस्तक होने पहुंचे हिमाचल के सबका मुख्यमंत्री प्रेम कुमार धूमल ने लोगों को गुरपुरब की बधाई दी। दिल्ली दे विच भारतीय अंतरराष्ट्रीय व्यापार मेला 2016 की शुरुआत हुई है। इस बार फोकस स्टेट हरियाणा है। मुख्यमंत्री मनोहर लाल उद्घाटन मौके मौजूद रहे। मेले च हरियाणा स्वर्ण जयंती, अंतरराष्ट्रीय गीता जयंती ते डिजिटल हरियाणा का अद्भुत संयोजन। बाल दिवस मौके अंबाला विच सूबा पद्धरी प्रोग्राम का प्रबंधन। राज्यपाल कप्तान सिंह सोलंकी ने बतौर मुख्य मेहमान की शिरकत। नहीं, बच्चों ने जो कुछ बनाया है यहाँ पर, एक तो बहुत अच्छी पेंटिंग की है उन्होंने, वातावरण बनाने के लिए, सेव एनवायरनमेंट के लिए क्ले मॉडलिंग किया है। बेटी बचाओ पर बहुत सुंदर प्रदर्शन किया है। राष्ट्र ने जवाहरलाल नेहरू नूं 127वें जन्म दिवस ते कीता याद। शांति वन विच नेहरू की समाधि ते राष्ट्रपति उपराष्ट्रपति मनमोहन सिंह ने दित्ती श्रद्धांजलि। इस पूजा के नाम रही ऊना विच सोम भद्रा मेले की अंतिम शाम। पूजा के गीतों ते जम के नचिया यंगिस्तान। स्थानक कलाकारा ने भी बिखेरिया जलवा। गुरपुरब मौके धर्मनगरी कुरुक्षेत्र में पंजाब हरियाणा के श्रद्धालुओं ने लाई पवित्र ब्रह्म सरोवर च डुबकी। यमुनानगर में गोपाल मोचन तीर्थ स्थान से भी लग्या श्रद्धालुओं का जमावड़ा। राजस्थान के पुष्कर मेले च वध रही है विदेशी सैलानियों की गिणती। स्थानक महिलावां अते विदेशी बालावां के विचाले हुई मटका रेस। अज विखाई देगा सुपर मून। 68 सालों तों बाद धरती के सब तो नेड़े आया चंद। न्यूजीलैंड भूचाल तो बाद भी तय वक्त से ही होएगा पाकिस्तान और न्यूजीलैंड का पहला टेस्ट। 17 नवंबर तो क्राइस्टचर्च में होना टेस्ट। थोड़े दिन बाद अमेरिका के राष्ट्रपति बनने जा रहे डोनाल्ड ट्रंप ने चोन जितने बाद अपने पहले इंटरव्यू में साफ किया कि गैर कानूनी रूप नाल रह रहे प्रवासियों नूं कोई राहत नहीं दी जाएगी। ट्रंप की जित तो बाद लोगों का प्रदर्शन लगातार जारी है जिहड़ा हुण हिंसक हुंदा जा रहा है। पोर्टलैंड समेत लॉस एंजलस, सॉल्ट लेक सिटी, एटलांटा, वाशिंगटन DC ते फोनिक्स विच प्रदर्शनकारियों ते पुलिस झड़प हुई। ट्रंप के राष्ट्रपति चोन जितने तो बाद चीन हुण लगातार अमेरिका नाल संबंध बेहतर बनाने की कोशिश कर रहा है। चीन के विदेश मंत्री वांग यी ने कहा कि ट्रंप एडमिनिस्ट्रेशन नाल अपने रिश्ते मजबूत करना चाहते हैं ते नाल काम करना चाहते हैं। न्यूजीलैंड भूचाल नाल दहल गया। भूचाल तो बाद सुनामी की भी खबर है। घटना च हुण तक 2 लोगों के मारे जाने की खबर है। नाल ही कई लोग जख्मी हुए।
ਬੁਲਗੇਰੀਆ 'ਚ ਰਾਸ਼ਟਰਪਤੀ ਚੋਣ ਦੇ ਲਈ ਵੋਟ ਪਾਏ ਗਏ, ਜਿੱਥੇ ਰੂਸ ਦੀ ਹਿਮਾਇਤ ਕਰਨ ਵਾਲੇ ਏਅਰਫੋਰਸ ਕਮਾਂਡਰ ਰੋਮਨ ਰਾਦੇਵ ਦੇ ਜਿੱਤਣ ਦੀ ਉਮੀਦ ਹੈ। ਸੀਰੀਆ 'ਚ ਫੌਜ ਲੈਪੋ ਦੇ ਮੀਨੀਅਨ ਅਤੇ ਦਹੀਆਤ ਅਲ ਅਸਦ ਇਲਾਕੇ ਦੇ ਕਬਜ਼ੇ ਦੇ ਨੇੜੇ ਹੈ। ਫੌਜ ਵਿਦਰੋਹੀ ਧੜੇ ਜੈਸ਼ ਅਲ ਫਤੀਹ ਦੇ ਕਬਜ਼ੇ ਵਾਲੇ ਇਲਾਕੇ ਤੋਂ ਲਗਾਤਾਰ ਹਵਾਈ ਬੰਬਾਰੀ ਕਰ ਰਹੀ ਹੈ। ਵਿਦਿਆ ਬਾਲਨ ਨੇ ਆਪਣੇ ਵਿਆਹ ਟੁੱਟਣ ਦੀਆਂ ਖਬਰਾਂ ਨੂੰ ਦੱਸਿਆ ਅਫਵਾਹ, ਕਿਹਾ ਪਤੀ ਨਾਲ ਫੋਟੋ ਟਵੀਟ ਨਹੀਂ ਕਰਦੀ ਤਾਂ ਇਹ ਮਤਲਬ ਨਹੀਂ ਕਿ ਟੁੱਟ ਗਿਆ ਰਿਸ਼ਤਾ। ਫਿਲਮਮੇਕਰ ਰੋਹਿਤ ਸ਼ੈੱਟੀ ਨੇ ਕੀਤੀ ਗੋਲਮਾਲ 4 ਦੀ ਐਕਟਰੈਸ ਦੇ ਨਾਮ ਦੀ ਤਸਦੀਕ, ਪਰਿਣੀਤੀ ਚੋਪੜਾ ਹੋਏਗੀ ਫਿਲਮ ਦੀ ਲੀਡਿੰਗ ਲੇਡੀ। ਸਾਲ 2016 'ਚ ਲਗਾਤਾਰ 3 ਹਿੱਟ ਫਿਲਮਾਂ ਦੇਣ ਤੋਂ ਬਾਅਦ ਜੈਕਲਿਨ ਫਰਨਾਂਡਿਸ ਬਣੀ ਐਂਟਰਟੇਨਰ ਆਫ ਦ ਈਅਰ। ਹਾਊਸਫੁੱਲ 3, ਡਿਸ਼ੁਮ ਅਤੇ ਅ ਫਲਾਇੰਗ ਜੱਟ ਨੇ ਕੀਤਾ ਬਾਕਸ ਆਫਿਸ 'ਤੇ ਕਮਾਲ। We'll be right back.